ਕਿੱਥੇ ਆ? ਆਹ ਦੇਖ ਲਓ ਬਾਈ, ਗਿੱਦੜ ਵਾਲੇ ਮੋੜ ਤੋਂ ਜੰਡਾ ਵਾਲੇ ਰੋਡ 'ਤੇ ਅੱਗ ਲਾਈ ਆ ਕਿਸੇ ਜ਼ਿਮੀਂਦਾਰ ਨੇ, ਕਿਸਾਨ ਨੇ, ਅੰਨਦਾਤਾ ਜੀ ਨੇ, ਅਤੇ ਬੁਰਾ ਹਾਲ ਕਰਤਾ। ਕਈ ਦਰੱਖਤਾਂ ਨੂੰ ਅੱਗ ਲੱਗ ਚੁੱਕੀ ਆ, ਬਹੁਤ ਹੀ ਭਿਆਨਕ। ਦੇਖੋ ਤੁਸੀਂ ਕੀ ਹਾਲ ਕੀਤਾ, ਜਿਹਦੇ ਵਿੱਚ ਉੱਲੂ ਦੇ 4 ਬੱਚੇ ਸੀਗੇ, ਜਿਹਦੇ ਵਿੱਚੋਂ 2 ਰੋਸਟਡ ਬਣਾ ਤੇ ਇਹਨਾਂ ਨੇ ਸਾੜ ਤੇ ਜਮਾਂ। 2 ਅਸੀਂ ਵੀਰ ਮੇਰੇ ਬਚਾਏ ਆ, ਉਹ ਵੀ ਤੁਹਾਨੂੰ ਦਿਖਾਉਣੇ ਆ। ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਪਾਇਆ ਗਿਆ। ਅਪੀਲ ਆ ਮੇਰੀ ਕਿਸਾਨ ਵੀਰਾਂ ਨੂੰ, ਇਹ ਨਾ ਕੀਤਾ ਜਾਵੇ ਭਰਾਵੋ। ਸੌਖੇ ਅਸੀਂ ਹੋਈਏ ਵੀ ਕਿੱਥੇ, ਸਾਡੇ ਬੱਚਿਆਂ ਨਾਲ ਵੀ ਇਹੀ ਕੁਛ ਹੁੰਦਾ, ਤਾਂ ਉਹ ਫਲਾਣਾ ਮਰ ਗਿਆ, ਇੱਕ ਢੌਂਕਾ ਮਰ ਗਿਆ, ਟੀਕਾ ਲੱਗ ਗਿਆ, ਤਾਂ ਮਰਨਾ ਹੀ ਆ ਬਾਈ। ਉਹ ਜਦੋਂ ਕਿਸੇ ਦੇ ਬੱਚੇ ਬਚਾਓਗੇ ਤਾਂ ਹੀ ਹੋਣੀ ਆ ਸਾਡੇ ਨਾਲ। ਨਾ ਇਹ ਧੱਕਾ ਕਰੋ, ਇਹੀ ਕਿਸਾਨ ਆ ਪੰਛੀਆਂ ਨੂੰ, ਜਾਨਵਰਾਂ ਨੂੰ ਖੇਤਾਂ ਦੇ ਵਿੱਚ ਵੀ ਨਾ ਛੱਡਦਾ ਸੀ ਕਿਸੇ ਟਾਈਮ 'ਤੇ, ਅੱਜ ਇਹ ਆਹ ਹੱਲ ਕਰਦੇ ਆ। ਉਹ ਵੀ ਸਰਕਾਰੀ ਦਰਖਤ ਵੀਰ ਮੇਰੇ, ਉਹ ਜੇ ਕੋਈ ਟੰਬਾ ਵੱਢ ਕੇ ਲੈ ਜਾਏ ਪਰਚਾ ਪੈਂਦਾ, ਇਹਦਾ ਤਾਂ ਹੱਕ ਬਣਦਾ ਭਰਨ ਦਾ ਇਹਨਾਂ ਦਾ। ਦੇਖੋ ਤੁਸੀਂ ਮੇਰੀ ਸਰਕਾਰੀ ਅੱਗ ਲੱਗੀ ਹੋਈ ਆ, ਦੇਖੋ ਸਰਕਾਰੀ ਸੜਕ ਨੂੰ ਅੱਗ ਲਾਈ ਵੀ ਇਹਨਾਂ ਨੇ। ਆਹ ਦੇਖੋ ਗਿੱਦੜ ਵਾਲੇ ਮੋੜ ਤੋਂ 2 ਕਿਲੋਮੀਟਰ, ਜਿਹੜਾ ਬੰਦਾ ਮਰਜ਼ੀ ਇੰਕੁਆਇਰੀ ਕਰ ਲਏ, ਸਾਫ਼ ਪਤਾ ਲੱਗ ਜੂ ਵੀ ਕਿਹਦੇ ਖੇਤ 'ਚੋਂ ਲੱਗੀ ਆ, ਕਿਹਨੇ ਲਾਈ ਆ। ਆਹ ਦੇਖੋ ਤੁਸੀਂ ਜਿਉਂਦੇ ਬੱਚੇ, 2 ਬੱਚੇ ਮਰ ਚੁੱਕੇ ਆ, ਦੋਵਾਂ ਨੂੰ ਅਸੀਂ ਪਾਣੀ ਪੂਣੀ ਪਾ ਕੇ ਬਚਾਇਆ। ਆਹ ਦੇਖ ਲਓ ਤੀਜਾ ਕਿੱਥੇ, ਜਿਹੜਾ ਰੋਸਟਡ ਬਣਿਆ, ਆਹ ਬੈਠੇ 2 ਬੱਚੇ ਬਾਈ, ਬਹੁਤ ਔਖੇ ਬਚਾਏ ਆ ਇਹ। ਇੱਕ ਤਾਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਦਿਖਾ ਸੀ, ਰੋਸਟਡ ਬਣ ਚੁੱਕਿਆ, ਮਰ ਚੁੱਕਿਆ ਵਿਚਾਰਾ, ਮੈਨੂੰ ਲੱਭਿਆ ਨਹੀਂ ਹੁਣ ਮੈਂ ਆ ਪਿਆ। ਦੇਖ ਲਓ ਤੁਸੀਂ, ਅਤੇ ਜਿਹੜਾ ਖੇਤ ਸੀ ਵਿਚਾਰਾ, ਉਹ ਵੀ ਭੱਜ ਗਿਆ, ਸ਼ੀਰੀ ਨੂੰ ਵੀ ਸੱਦ ਲਿਆ ਵੀ ਉਰੇ ਆ ਜਾ ਬਾਈ। ਸੀਰੀ ਸੀਗਾ ਖੇਤ ਜਿਹੜਾ ਸਾਡੇ ਨਾਲ ਹੈਲਪ ਕਰਦਾ ਸੀ ਭਜਾਉਣ ਦੀ, ਉਹਨੂੰ ਵੀ ਸੱਦਿਆ ਗਿਆ ਬਾਈ ਮੇਰੇ, ਉਹਨੂੰ ਵੀ ਜ਼ਿਮੀਂਦਾਰ ਨੇ ਦੂਜੇ ਖੇਤ ਸੱਦ ਲਿਆ ਭਜਾਉਣ ਦੀ ਬਜਾਏ, ਅਸੀਂ ਰਾਹੀ ਬੰਦੇ ਲੱਗੇ ਉਹਨੂੰ ਲੱਗਣ ਦੀ ਬਜਾਏ, ਆਪਦੇ ਘਰ ਸੱਦ ਲਿਆ, ਪਤਾ ਨਹੀਂ ਦੂਜੇ ਖੇਤ 'ਚ ਸੱਦ ਲਿਆ ਵੀ ਇੱਥੇ ਕੰਮ ਆ, ਇੱਥੇ ਆਇਆ ਮੱਚਦਾ, ਕੋਈ ਮੱਚੀ ਜਾਵੇ, ਦਰਖਤ ਮੱਚੇ, ਸੜਕ ਮੱਚੇ, ਕੋਈ ਮੱਚੇ, ਜੱਟ ਨੂੰ ਕੋਈ ਨਹੀਂ ਪੁੱਛਦਾ। ਆਹ ਦੇਖ ਲਓ ਫਿਰ ਕਹਿਣ ਵਾਲਾ ਮਾੜਾ। ਆਹ ਦੇਖੋ ਤੁਸੀਂ ਅੱਖਾਂ 'ਚ ਅੱਖਾਂ ਪਾ ਕੇ ਦੇਖੋ, ਅਤੇ ਜੀ 'ਚੋਂ ਹਿੰਮਤ ਜੀ ਨਿਕਲ ਆਈ ਆ। ਆਹ ਹਾਲ ਹੋਣਾ ਤੁਹਾਡਾ ਵੀ, ਯਾਦ ਰੱਖੋ ਗੱਲ ਅੱਜ ਦੀ ਮੇਰੀ। ਆਹ ਦੇਖੋ